ਬਿਲਕੁਲ ਸੱਚੀ ਖਬਰ ਹੈ ਦੋਸਤੋ, ਰੀਲਾਂ ਵਾਲੀ ਪ੍ਰੀਤ ਜੱਟੀ ਦਾ ਵਿਆਹ ਹੋ ਚੁੱਕਾ ਹੈ ਤੇ ਇਹ ਖਬਰ ਬਿਲਕੁਲ ਸੱਚੀ ਨਿਕਲ ਕੇ ਸਾਹਮਣੇ ਆਈ ਹੈ ਤੇ ਇੰਸਟਾਗ੍ਰਾਮ ਤੇ ਉਹ ਕਾਫੀ ਚਰਚਾ ਵਿੱਚ ਏ। ਪਹਿਲਾਂ ਪ੍ਰੀਤ ਜੱਟੀ ਦੇ ਘਰੇ ਜਾ ਕੇ ਇਹ ਮੁੰਡੇ ਨੇ ਵੀਡੀਓ ਬਣਾਈ, ਭੈਣ ਭੈਣ ਕਹਿ ਕੇ ਉਸਦੇ ਨਾਲ ਵੀਡੀਓ ਬਣਾ ਕੇ ਤੇ ਬਾਅਦ ਵਿੱਚ ਉਸਨੇ ਆਸ਼ਕੀ ਵਾਲਾ ਗੀਤ ਲਾ ਕੇ ਵੀਡੀਓ ਵਾਇਰਲ ਕਰਤੀ। ਗੁੱਸੇ ਵਿੱਚ ਆਈ ਪ੍ਰੀਤ ਜੱਟੀ ਨੇ ਇਸ ਨੂੰ ਘਰੇ ਬੁਲਾ ਕੇ ਛਿੱਤਰ ਪਰੇਡ ਵੀ ਕੀਤੀ, ਪਰ ਉਹ ਪਤੰਦਰ ਹਲੇ ਵੀ ਨਹੀਂ ਹਟਦਾ ਤੇ ਹਲੇ ਵੀ ਨਹੀਂ ਟਿਕ ਕੇ ਬਹਿੰਦਾ। ਪ੍ਰੀਤ ਜੱਟੀ ਦੀ ਇੱਕ ਹੋਰ ਵੀਡੀਓ ਲੀਕ ਹੋਣ ਤੋਂ ਬਾਅਦ ਹੁਣ ਉਸਦਾ ਵਿਆਹ ਕਰ ਦਿੱਤਾ ਗਿਆ ਅਤੇ ਵਿਆਹ ਦੀਆਂ ਵੀਡੀਓਜ਼ ਤੇ ਫੋਟੋਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਪ੍ਰੀਤ ਜੱਟੀ ਦੇ ਵਿਆਹ ਦੀ ਖਬਰ ਸੁਣ ਕੇ ਉਹ ਭੂੰਡ ਆਸ਼ਕ ਫਿਰ ਕਮਲੀਆਂ ਮਾਰਨ ਲੱਗ ਪਿਆ, ਤਰ੍ਹਾਂ ਤਰ੍ਹਾਂ ਦੇ ਸੈਡ ਸੌਂਗ ਲਾ ਕੇ ਵੀਡੀਓ ਪੋਸਟ ਕਰ ਰਿਹਾ, ਪ੍ਰੀਤ ਦੇ ਪਿੱਛੇ ਰੋ ਰੋ ਕੇ ਵੀਡੀਓ ਵਾਇਰਲ ਕਰ ਲਿਆ, ਕਮਲਾ ਹੋਇਆ ਪਿਆ ਤੇ ਇੰਸਟਾਗ੍ਰਾਮ ਪੇਜਸ ਦੇ ਉੱਪਰ ਪੇਜਾਂ ਵਾਲੇ ਵੀ ਉਸਨੂੰ ਟ੍ਰੋਲ ਕਰ ਰਹੇ ਨੇ। ਇੰਸਟਾਗ੍ਰਾਮ 'ਤੇ ਪ੍ਰੀਤ ਜੱਟੀ ਹੋਈ ਪਈ ਏ। ਪਹਿਲਾਂ ਸਾਗਰ ਦੀ ਵਹੁਟੀ ਤੋਂ ਲੋਕਾਂ ਨੇ ਮਸਾ ਖੜਾ ਛੜਵਾਇਆ ਸੀ। ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜ਼ਰੂਰ ਕਰਿਓ। ਅਤੇ ਦੋਸਤੋ, ਜੋ ਅੱਜ ਕੱਲ੍ਹ ਇੰਸਟਾਗ੍ਰਾਮ ਦੇ ਉੱਪਰ ਚੱਲ ਰਿਹਾ, ਇਹਨਾਂ ਭੂੰਡ ਆਸ਼ਕਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਸ਼ਰੇਆਮ ਕਿਵੇਂ ਸੈਡ ਸੌਂਗ ਗੀਤ ਲਾ ਕੇ ਇਹ ਇੱਕ ਸਰਦਾਰ ਮੁੰਡਾ ਵੀਡੀਓ ਬਣਾ ਬਣਾ ਕੇ ਵਾਇਰਲ ਕਰ ਰਿਹਾ ਅਤੇ ਪੇਜਾਂ ਵਾਲੇ ਇਸ ਨੂੰ ਰੱਜ ਕੇ ਟ੍ਰੋਲ ਕਰ ਰਹੇ ਨੇ? ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਤੇ ਬਾਕੀ ਦੋਸਤੋਂ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ।